ਸਤਿ ਸ਼੍ਰੀ ਅਕਾਲ ਐਵਰੀਵਨ, ਤੁਹਾਡੇ ਸਾਰਿਆਂ ਦਾ ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਦੇ ਜੁਲਾਈ 2021 ਦੇ ਕਰੰਟ ਅਫੇਅਰਸ ਦਾ ਸੈਕਿੰਡ ਪਾਰਟ ਕਰਾਂਗੇ। ਅਸੀਂ ਇਸ ਦਾ ਫਰਸਟ ਪਾਰਟ ਆਲਰੇਡੀ ਕਵਰ ਕਰ ਲਿਆ ਹੈ ਤੇ ਅਸੀਂ ਆਪਣਾ ਜਨਵਰੀ ਤੋਂ ਲੈ ਕੇ ਹੁਣ ਤੱਕ ਕਰੰਟ ਰੈਗੂਲਰ ਕਰਦੇ ਹੋਏ ਆ ਰਹੇ ਹਾਂ ਵੀਕਲੀ। ਪਲੱਸ ਅਸੀਂ ਇਕਨੋਮਿਕ ਸਰਵੇ ਤੇ ਬਜਟ ਵੀ ਜਿਹੜਾ ਹੈ ਪੰਜਾਬ ਦਾ ਆਲਰੇਡੀ ਕਵਰ ਕਰ ਚੁੱਕੇ ਹਾਂ ਤੁਹਾਡੇ ਐਗਜ਼ਾਮ ਪਰਸਪੈਕਟਿਵ ਤੋਂ। ਇਹ ਕਰੰਟ ਅਫੇਅਰ ਵੀ ਤੁਹਾਡੇ ਆਉਣ ਵਾਲੇ ਪੰਜਾਬ ਦੇ ਜਿੰਨੇ ਗਵਰਨਮੈਂਟ ਐਗਜ਼ਾਮਸ ਨੇ ਉਹਨਾਂ ਵਾਸਤੇ ਯੂਸਫੁਲ ਹੋਏਗਾ, ਕਿਉਂਕਿ ਪੰਜਾਬ ਰਿਲੇਟਡ ਜਿੰਨੀਆਂ ਵੀ ਨਿਊਜ਼ ਨੇ ਉਹ ਅਸੀਂ ਇਸ ਕਰੰਟ ਅਫੇਅਰਸ 'ਚ ਕਵਰ ਕਰਾਂਗੇ। ਮੇਰਾ ਨਾਮ ਰਵਨੀਤ ਕੌਰ ਹੈ, ਸ਼ੁਰੂ ਕਰਦੇ ਅਸੀਂ ਅੱਜ ਦੇ ਵੀਡੀਓ ਨੂੰ। ਸਭ ਤੋਂ ਪਹਿਲਾ ਕੁਐਸਚਨ ਹੈ, ਤੁਸੀਂ ਦੱਸਣਾ ਹੈ ਕਿ ਪੰਜਾਬ ਦੇ ਹੁਣੇ ਹੁਣੇ ਪ੍ਰੈਜ਼ੀਡੈਂਟ ਕੌਣ ਬਣੇ ਨੇ ਅੰਡਰ ਦਾ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਐਸੋਸੀਏਸ਼ਨ। ਇਹਨਾਂ ਦੇ ਹੁਣੇ ਹੁਣੇ ਨਵੇਂ ਪ੍ਰਧਾਨ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਨੇ ਤੇ ਤੁਸੀਂ ਦੱਸਣਾ ਹੈ ਉਹ ਕੌਣ ਨੇ। ਇੰਪੋਰਟੈਂਟ ਕੁਐਸਚਨ ਹੈ, ਧਿਆਨ ਰੱਖੋਗੇ। ਬਲਦੀਪ ਕਰਨ ਸਿੰਘ ਜੀ ਜਿਹੜੇ ਨੇ ਹੁਣੇ ਹੁਣੇ ਪ੍ਰੈਜ਼ੀਡੈਂਟ ਬਣੇ ਨੇ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਐਸੋਸੀਏਸ਼ਨ ਦੇ। ਨੈਕਸਟ ਕੁਐਸਚਨ, ਮੋਸਟ ਇੰਪੋਰਟੈਂਟ ਕੁਐਸਚਨ ਹੈ। ਦੇਖੋ, ਹੁਣ ਤੁਸੀਂ ਦੱਸਣਾ ਹੈ ਕਿ IRS ਆਫਿਸਰ ਆਫ CGST ਕਮਿਸ਼ਨਰੇਟ ਜਿਹੜਾ ਹੈ ਉਹ ਕਿਹੜੀ ਜਗ੍ਹਾ ਦਾ ਹੈ ਜਿਹਨੂੰ ਕਿ ਕ੍ਰੈਡਿਟ ਦਿੱਤਾ ਗਿਆ ਹੈ, ਕਿਉਂਕਿ ਉਸ ਕਮਿਸ਼ਨਰੇਟ ਨੇ ਕੀ ਕੀਤਾ ਸੀਗਾ, ਹਾਈਐਸਟ ਨੰਬਰ ਆਫ ਅਰੈਸਟ ਕੀਤੇ ਸੀਗੇ ਜਿੰਨੇ ਵੀ GST ਫਰੋਡ ਹੋਏ ਸੀ ਇੰਡੀਆ ਦੇ ਵਿੱਚ, ਮਤਲਬ ਪੂਰੇ ਕੰਟਰੀ ਦੇ ਵਿੱਚ ਜਿੰਨੇ GST ਫਰੋਡ ਕੇਸਿਸ ਹੋਏ ਨੇ ਉਸ ਜਗ੍ਹਾ ਦੇ ਕਮਿਸ਼ਨਰੇਟ ਨੇ ਉਸ ਫਰੋਡ ਦੇ ਅੰਡਰ ਜਿੰਨੇ ਵੀ ਲੋਕੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਤੇ ਹਾਈਐਸਟ ਨੰਬਰ ਆਫ ਅਰੈਸਟ ਦਾ ਕੀ ਬਣਾਇਆ, ਰਿਕਾਰਡ ਬਣਾਇਆ। ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਪੰਜਾਬ ਦਾ ਹੀ ਡਿਸਟ੍ਰਿਕਟ ਹੈ ਤੁਹਾਡਾ ਲੁਧਿਆਣਾ। ਸਟੇਟ ਪੁੱਛੀ ਜਾਵੇ ਤਾਂ ਪੰਜਾਬ ਹੋਏਗੀ ਜਿਹਨੇ ਕਿ ਹਾਈਐਸਟ ਨੰਬਰ ਆਫ ਅਰੈਸਟ ਕੀਤੇ GST ਫਰੋਡ ਦੇ ਅੰਡਰ। ਡਿਸਟ੍ਰਿਕਟ ਪੁੱਛਿਆ ਜਾਵੇ ਤਾਂ ਉਹ ਲੁਧਿਆਣਾ ਹੈ, ਠੀਕ ਹੈ। ਤਾਨੀਆ ਬੈਂਸ IRS ਆਫਿਸਰ ਰਹੇ ਨੇ ਜਿਹਨਾਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਕੰਟ੍ਰਿਬਿਊਟ ਕੀਤਾ, ਇਹਨਾਂ ਦੀ ਅਗਵਾਈ 'ਚ ਸਾਰਾ ਕੁਝ ਕੀਤਾ ਗਿਆ, ਠੀਕ ਹੈ। ਤੇ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਨੰਬਰ ਆਫ GST ਫਰੋਡ ਕੇਸਿਸ ਜਿਹੜੇ ਨੇ ਉਹ ਅਰੈਸਟ ਕੀਤੇ ਗਏ, ਸੋਲਵ ਕੀਤੇ ਗਏ, ਠੀਕ ਹੈ। ਪੂਰੇ ਇੰਡੀਆ ਦੀ ਗੱਲ ਕਰ ਰਹੇ ਹਾਂ ਆਪਾਂ। ਨੈਕਸਟ ਕੁਐਸਚਨ ਹੈ, ਪੰਜਾਬ ਦੇ ਵਿੱਚ ਹਰ ਸਾਲ ਕਿੰਨੇ ਕਰੋੜ ਦੀ ਜਿਹੜੀ ਪਾਵਰ ਹੈ ਉਹ ਚੋਰੀ ਕੀਤੀ ਜਾਂਦੀ ਹੈ। ਤੇ ਜੇ ਅਸੀਂ ਸਿਰਫ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ 66% ਇਹਦਾ ਹਿੱਸਾ ਆਉਂਦਾ ਹੈ, ਮਤਲਬ ਪਿੰਡਾਂ 'ਚ 66% ਚੋਰੀ ਹੁੰਦੀ ਹੈ। ਟੋਟਲ ਪਾਵਰ ਜੇ ਆਪਾਂ ਸ਼ਹਿਰਾਂ ਪਿੰਡਾਂ ਦੀ ਮਿਲਾ ਕੇ ਗੱਲ ਕਰੀਏ ਤਾਂ ਕਿੰਨੇ ਕਰੋੜ ਹੋਏਗੀ, ਤੁਸੀਂ ਉਹ ਦੱਸੋਗੇ? ਤੇ ਤੁਹਾਡੀ ਲਗਭਗ ਹੋਏਗੀ 1200 ਕਰੋੜ। ਬਹੁਤ ਵੱਡਾ ਅਮਾਉਂਟ ਹੈ, 1200 ਕਰੋੜ ਦੀ ਪਾਵਰ ਹਰ ਸਾਲ ਪੰਜਾਬ 'ਚ ਚੋਰੀ ਹੁੰਦੀ ਹੈ। ਇਹ ਨਿਊਜ਼ ਦੇ ਵਿੱਚ ਇਸ ਲਈ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਪਾਵਰ ਡੈਫਿਸਿਟ ਚੱਲ ਰਿਹਾ ਹੈ, ਪਾਵਰ ਦੀ ਕਮੀ ਚੱਲ ਰਹੀ ਹੈ, ਕਿਉਂਕਿ ਇੱਕ ਤਾਂ ਮੌਨਸੂਨ ਡਿਲੇ ਹੋ ਗਿਆ, ਉੱਤੋਂ ਫਿਰ ਜਿਹੜੇ ਪਾਵਰ ਪਲਾਂਟ ਨੇ ਉਹ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਹੇ, ਇੰਨੀ ਜ਼ਿਆਦਾ ਪਾਵਰ ਪ੍ਰੋਡਿਊਸ ਨਹੀਂ ਕਰ ਪਾ ਰਹੇ, ਪੈਡੀ ਸੀਜ਼ਨ ਵੀ ਆ ਚੁੱਕਾ ਹੈ। ਇਹਦੇ ਕਰਕੇ ਇਹ ਚੀਜ਼ ਨਿਊਜ਼ 'ਚ ਸੀਗੀ ਕਿ ਹਰ ਸਾਲ 1200 ਕਰੋੜ ਦਾ ਪਾਵਰ ਜਿਹੜਾ ਉਹ ਚੋਰੀ ਹੁੰਦਾ ਹੈ। ਇਹਨਾਂ ਨੂੰ ਜੇ ਆਪਾਂ ਆਪਣੀ ਨਿਗਰਾਨੀ ਹੇਠਾਂ ਲੈ ਕੇ ਆਈਏ ਤਾਂ ਹੋ ਸਕਦਾ ਹੈ ਕਿ ਅੱਗੇ ਆਉਣ ਵਾਲੇ ਪਾਵਰ ਡੈਫਿਸਿਟ ਦੇ ਜਿਹੜੇ ਕ੍ਰਾਈਸਿਸ ਨੇ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ। ਨੈਕਸਟ ਹੈ, ਯੋਜਨਾ ਐਪ ਜਿਹੜੀ ਹੈ ਉਹ ਕਿਹੜੇ ਡਿਸਟ੍ਰਿਕਟ ਦੇ ਵਿੱਚ ਲਾਂਚ ਕੀਤੀ ਗਈ, ਇਹਦੇ ਵਿੱਚ ਕੁਝ ਹੋਰ ਫੀਚਰਸ ਐਡ ਕਰਕੇ ਇਹਨੂੰ ਲਾਂਚ ਕੀਤਾ ਗਿਆ। ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਡਿਸਟ੍ਰਿਕਟ ਲੈਵਲ ਤੇ ਲਾਂਚ ਕੀਤੀ ਗਈ ਹੈ ਬਰਨਾਲਾ ਦੇ ਵਿੱਚ, ਠੀਕ ਹੈ। ਇਹ ਐਪ ਐਕਚੁਅਲ ਦੇ ਵਿੱਚ ਕੀ ਹੈ, ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਐਪ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟ ਸਕੀਮਸ ਨੇ ਤੁਹਾਨੂੰ ਉਹਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਬੜੇ ਆਰਾਮ ਨਾਲ ਮਿਲ ਜਾਏਗੀ। ਜਿਵੇਂ ਕੋਈ ਤੁਸੀਂ ਕਿਸੇ ਸਕੀਮ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਪ੍ਰੋਵੀਜ਼ਨ ਨੇ, ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ ਹੋ। ਇਹ ਸਾਰੀ ਚੀਜ਼ ਤੁਹਾਨੂੰ ਇੱਕ ਹੀ ਐਪ ਜਿਹਦਾ ਨਾਮ ਹੈ ਯੋਜਨਾ ਐਪ, ਉਹਦੇ ਵਿੱਚ ਦੇਖਣ ਨੂੰ ਮਿਲੇਗੀ। ਇਸ ਕਰਕੇ ਐਪ ਜਿਹੜੀ ਹੈ ਬਰਨਾਲਾ 'ਚ ਲਾਂਚ ਹੋਈ। ਨੈਕਸਟ ਹੈ, ਗੁਰੂ ਨਾਨਕ ਦਰਬਾਰ ਗੁਰਦੁਆਰਾ ਜਿਹੜਾ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹ ਕਿਹਾ ਗਿਆ ਕਿ ਪੈਂਡੇਮਿਕ ਟਾਈਮ ਦੇ ਵਿੱਚ ਵੀ ਹਿਊਮੈਨਿਟੀ ਦਾ ਬਹੁਤ ਵੱਡਾ ਉਦਾਹਰਣ ਜਿਹੜਾ ਹੈ ਉਹ ਇਸ ਗੁਰਦੁਆਰੇ ਨੇ ਪੇਸ਼ ਕੀਤਾ। ਇਸ ਕਰਕੇ ਹੁਣ ਤੁਸੀਂ ਦੱਸੋਗੇ ਇਹ ਗੁਰਦੁਆਰਾ ਕਿੱਥੇ ਲੋਕੇਟਡ ਹੈ। ਇੰਪੋਰਟੈਂਟ ਇਸ ਲਈ ਹੈ ਕਿਉਂਕਿ ਇੰਡੀਆ ਦੇ ਵਿੱਚ ਪਲੇਸ ਨਹੀਂ ਹੈ, ਠੀਕ ਹੈ। ਇਸ ਕਰਕੇ ਸਾਡੇ ਲਈ ਇੰਪੋਰਟੈਂਟ ਹੈ, ਧਿਆਨ ਰੱਖੋਗੇ। ਇਹ ਤੁਹਾਡਾ ਗੁਰਦੁਆਰਾ ਜਿਹੜਾ ਹੈ ਦੁਬਈ ਦੇ ਵਿੱਚ ਲੋਕੇਟਡ ਹੈ, ਜਿਹਨੇ ਕਿ ਪੈਂਡਮਿਕ ਦੇ ਟਾਈਮ ਵਿੱਚ ਹਿਊਮੈਨਿਟੀ ਦਾ ਬਹੁਤ ਵੱਡਾ ਐਗਜ਼ਾਮਪਲ ਦਿੱਤਾ, ਲੋਕਾਂ ਦੀ ਬਹੁਤ ਸੇਵਾ ਕੀਤੀ ਪੈਂਡਮਿਕ ਦੇ ਵੇਲੇ। ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ, ਨੀਚੇ ਦਿੱਤੇ ਹੋਏ ਆਪਸ਼ਨਸ ਵਿੱਚੋਂ ਤੁਸੀਂ ਦੱਸੋਗੇ ਕਿ ਕਿਹੜੀ ਪਰਸਨੈਲਿਟੀ ਹੈ ਜਿਹਨਾਂ ਨੂੰ ਕਿ ਨਾਰੀ ਸ਼ਕਤੀ ਪੁਰਸਕਾਰ ਪ੍ਰੈਜ਼ੀਡੈਂਟ ਦੇ ਦੁਆਰਾ ਦਿੱਤਾ ਗਿਆ ਜਦੋਂ ਉਹਨਾਂ ਦੀ ਉਮਰ 103 ਸਾਲ ਹੈ, ਠੀਕ ਹੈ। 103 ਸਾਲ ਦੀ ਉਮਰ ਵਿੱਚ ਇਹ ਅਵਾਰਡ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ। ਤੁਸੀਂ ਫੋਟੋਗ੍ਰਾਫ ਦੇ ਵਿੱਚ ਦੇਖ ਸਕਦੇ ਹੋ, ਜੇ ਤੁਸੀਂ ਸੋਸ਼ਲ ਮੀਡੀਆ ਵਗੈਰਾ ਫੋਲੋ ਕਰਦੇ ਹੋ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਜਾਣਦੇ ਹੋਵੋਗੇ, ਠੀਕ ਹੈ। 103 ਸਾਲ ਦੇ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਨੇ, ਇਹਨਾਂ ਦਾ ਨਾਮ ਕੀ ਹੈ, ਮਾਨ ਕੌਰ, ਠੀਕ ਹੈ।
ਇਹਨਾਂ ਬਾਰੇ ਕੁਝ ਇੰਪੋਰਟੈਂਟ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਨੇ ਕਿ ਇਹਨਾਂ ਨੇ ਐਥਲੈਟਿਕ ਜਿਹੜਾ ਹੈ ਉਹ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਤੁਸੀਂ ਸਪਿਰਿਟ ਦੇਖ ਸਕਦੇ ਹੋ, ਬਹੁਤ ਵੱਡੀ ਐਗਜ਼ਾਮਪਲ ਇਹ ਕ੍ਰੀਏਟ ਕਰਦੇ ਨੇ ਆਪਣੇ ਆਪ ਦੇ ਵਿੱਚ। 2016 ਦੇ ਵਿੱਚ ਇਹਨਾਂ ਨੂੰ ਫਾਸਟੈਸਟ ਸੈਂਟੇਨਰੀਅਨ ਦਾ ਕੀ ਦਿੱਤਾ ਗਿਆ, ਅਵਾਰਡ ਦਿੱਤਾ ਗਿਆ। ਮਤਲਬ 100 ਸਾਲ ਦੀ ਉਮਰ ਤੋਂ ਉੱਪਰ ਵਾਲੇ ਇਹ ਇੱਦਾਂ ਦੇ ਮਤਲਬ ਫਾਸਟੈਸਟ ਐਥਲੀਟ ਬਣੇ ਜਿਹਨਾਂ ਨੇ ਕਿ ਕੰਪੀਟੀਸ਼ਨ ਦੇ ਵਿੱਚ ਪਾਰਟੀਸੀਪੇਟ ਕੀਤਾ ਸੀ ਅਮੈਰੀਕਨ ਮਾਸਟਰ ਗੇਮ ਦੇ ਵਿੱਚ। ਠੀਕ ਹੈ, ਤੇ ਇਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਕਦੋਂ ਦਿੱਤਾ ਗਿਆ, 103 ਸਾਲ ਦੀ ਉਮਰ ਵਿੱਚ ਦਿੱਤਾ ਗਿਆ। ਇਹਨਾਂ ਦੇ ਜਿਹੜੇ ਤੁਹਾਨੂੰ ਨਾਲ ਦਿਖਾਈ ਦੇ ਰਹੇ ਨੇ ਇਹਨਾਂ ਦੇ ਪੁੱਤਰ ਨੇ ਮਾਨ, ਤੇ ਇਹਨਾਂ ਦੇ ਜਿਹੜੇ ਪੁੱਤਰ ਨੇ ਉਹ ਪ੍ਰੋਮੀਨੈਂਟ ਪਰਸਨੈਲਿਟੀਜ਼ ਨੇ ਫਿਟ ਇੰਡੀਆ ਮੂਵਮੈਂਟ ਦੀ। ਫਿਟ ਇੰਡੀਆ ਮੂਵਮੈਂਟ ਸੈਂਟਰਲ ਗਵਰਨਮੈਂਟ ਦੀ ਮੂਵਮੈਂਟ ਹੈ ਜਿਹਦੇ ਵਿੱਚ ਫਿਟਨੈਸ ਦੀ ਇੰਪੋਰਟੈਂਸ ਨੂੰ ਦੱਸਿਆ ਜਾਂਦਾ ਹੈ। ਤੇ ਇਹ ਦੋਨੋਂ ਹੀ ਜਣੇ ਕੀ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮੋਟੀਵੇਟ ਕਰਦੇ ਨੇ ਰਿਗਾਰਡਿੰਗ ਦਾ ਫਿਟਨੈਸ। ਨੈਕਸਟ ਹੈ, ਪੰਜਾਬ ਗਵਰਨਮੈਂਟ ਨੇ 1,000,000,000 ਦਾ ਜਿਹੜਾ ਸਮ ਹੈ ਉਹ ਅਪਰੂਵ ਕਰ ਦਿੱਤਾ ਹੈ ਤਾਂ ਕਿ ਪੰਜਾਬ 'ਚ ਹੋਰ ਵੀ ਜ਼ਿਆਦਾ ਆਕਸੀਜਨ ਪਲਾਂਟਸ ਲਗਾਏ ਜਾ ਸਕਣ ਤੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈ ਉਹਨੂੰ ਹੋਰ ਜ਼ਿਆਦਾ ਡਿਵੈਲਪ ਕੀਤਾ ਜਾ ਸਕੇ ਤਾਂ ਕਿ ਜਿਹੜੀ ਕੋਵਿਡ ਦੀ 3G wave ਆਣੀ ਹੈ ਉਹਦੇ ਨਾਲ ਅਸੀਂ ਡੀਲ ਕਰ ਸਕੀਏ। ਤਾਂ ਇਹ ਤੁਹਾਡਾ ਲਗਭਗ 380 ਕਰੋੜ ਰੁਪਇਆ 3rd wave ਵਾਸਤੇ ਪੰਜਾਬ ਦੇ ਵਿੱਚ ਇਸ਼ੂ ਕਰ ਦਿੱਤਾ ਗਿਆ ਹੈ ਤਾਂ ਕਿ ਕੋਵਿਡ ਦੇ ਨਾਲ ਕੋਈ ਵੀ ਨੁਕਸਾਨ ਨਾ ਹੋਵੇ ਜਿਹੜੀ ਇਹਦੀ 3rd wave ਆਏਗੀ, ਤੇ ਅਸੀਂ ਆਕਸੀਜਨ ਪਲਾਂਟਸ ਜਿਹੜੇ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਕੀ ਕਰ ਲਈਏ, ਮੇਨਟੇਨ ਕਰ ਲਈਏ। ਨੈਕਸਟ ਹੈ ਕਿ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਨੇ ਪੰਜਾਬ ਦੇ ਉਹ ਕੌਣ ਨਿਯੁਕਤ ਹੋਏ ਨੇ, ਤੁਸੀਂ ਇਹ ਦੱਸਣਾ ਹੈ, ਇੰਪੋਰਟੈਂਟ ਕੁਐਸਚਨ ਹੈ। ਧਿਆਨ ਰੱਖੋਗੇ ਇਹ ਤੁਹਾਡੇ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਨੇ ਪੰਜਾਬ ਦੇ ਉਹ ਅਨਿਰੁੱਧ ਤਿਵਾਰੀ ਨੇ। ਇਹ ਨਿਊਜ਼ ਦੇ ਵਿੱਚ ਕਿਉਂ ਆਏ, ਕਿਉਂਕਿ ਹੁਣੇ ਹੁਣੇ ਇਹ ਐਡੀਸ਼ਨਲ ਚੀਫ ਸੈਕਟਰੀ ਹੋਣ ਦੇ ਨਾਲ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਪੁਆਇੰਟ ਕੀਤੇ ਗਏ ਨੇ। ਠੀਕ ਹੈ, ਹੀ ਇਜ਼ ਦਾ ਨਿਊ ਵਾਈਸ ਚਾਂਸਲਰ ਆਫ PAU, ਇਸ ਕਰਕੇ ਇੰਪੋਰਟੈਂਟ ਕੁਐਸਚਨ। ਨੈਕਸਟ ਕੁਐਸਚਨ ਹੈ ਕਿ ਆਊਟਡੋਰ ਡਿਫੀਕੇਸ਼ਨ ਫ੍ਰੀ ਐਮਨਿਟੀ ਦੀ ਕੈਟਾਗਰੀ ਦੇ ਵਿੱਚ ਪੂਰੇ ਕੰਟਰੀ ਦੇ ਵਿੱਚ ਕਿਹੜੀ ਸਟੇਟ ਨੇ ਟੌਪ ਕੀਤਾ ਹੈ। ਇਹ ਉਹ ਕੈਟਾਗਰੀ ਹੈ ਜਿਹਦੇ ਵਿੱਚ ਅਸੀਂ ਪਬਲਿਕ ਟੋਇਲੈਟ ਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕਰਦੇ ਹਾਂ, ਉਹਦਾ ਜਿਹੜਾ ਯੂਸੇਜ ਹੈ ਉਹਨੂੰ ਵਧਾਉਂਦੇ ਹਾਂ ਤਾਂ ਕਿ ਬਾਹਰ ਦੇ ਵਿੱਚ ਕੋਈ ਵੀ ਜਾ ਕੇ ਸ਼ੌਚ ਨਾ ਕਰੇ। ਠੀਕ ਹੈ, ਤੇ ਪੰਜਾਬ ਇੱਕ ਇੱਦਾਂ ਦਾ ਸਟੇਟ ਹੈ ਜਿਹੜਾ ਕਿ ਫ੍ਰੀ ਹੋ ਚੁੱਕਿਆ ਹੈ, ਜੇ ਆਪਾਂ ਗੱਲ ਕਰੀਏ ਆਊਟਡੋਰ ਸ਼ੌਚਾਲਿਆ ਵਾਸਤੇ, ਮਤਲਬ ਆਊਟਡੋਰ 'ਚ ਜਾ ਕੇ ਸ਼ੌਚ ਕਰਨ ਵਾਸਤੇ ਪੰਜਾਬ ਜਿਹੜਾ ਉਹ ਫ੍ਰੀ ਕਰ ਚੁੱਕਾ ਆਪਣੇ ਆਪ ਨੂੰ। ਪੰਜਾਬ ਨੇ ਇਸ ਕੈਟਾਗਰੀ 'ਚ ਟੌਪ ਕੀਤਾ ਹੈ। ਪੰਜਾਬ ਨੇ ਟੌਪ ਕਿਸ ਪਰਸੈਂਟੇਜ ਨਾਲ ਕੀਤਾ, ਪੰਜਾਬ ਦੇ ਜਿਹੜੇ ਅਰਬਨ ਲੋਕਲ ਬੋਡੀਜ਼ ਨੇ ਉਹ ਆਪਣੀਆਂ ਪਬਲਿਕ ਟੋਇਲੈਟਸ ਨੂੰ ਲਗਭਗ ਮੇਨਟੇਨ ਕਰਕੇ ਰੱਖ ਰਹੇ ਨੇ, ਤੇ ਪੂਰੇ ਅਰਬਨ ਲੋਕਲ ਬੋਡੀ ਵਿੱਚੋਂ 99.38% ਪੰਜਾਬ ਦੀਆਂ ਅਰਬਨ ਲੋਕਲ ਬੋਡੀਜ਼ ਜਿਹੜੀਆਂ ਨੇ ਉਹ ਇਸ ਕੈਟਾਗਰੀ 'ਚ ਆਉਂਦੀਆਂ ਨੇ। ਠੀਕ ਹੈ, ਜਿਹਨੇ ਕਿ ਪ੍ਰੋਪਰ ਤਰੀਕੇ ਨਾਲ ਆਪਣੀਆਂ ਪਬਲਿਕ ਟੋਇਲੈਟਸ ਜਿਹੜੀਆਂ ਨੇ ਉਹਨੂੰ ਸਸਟੇਨ ਕੀਤਾ ਹੋਇਆ, ਉਹਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਉਹ ਦਿੱਤੀ ਹੋਈ ਹੈ। ਠੀਕ ਹੈ, ਇਸ ਕਰਕੇ ਪੰਜਾਬ ਓਪਨ ਡਿਫੀਕੇਸ਼ਨ ਫ੍ਰੀ ਐਮਨਿਟੀ ਕੈਟਾਗਰੀ ਦੇ ਵਿੱਚ ਟੌਪ ਕਰ ਚੁੱਕਾ ਹੈ। ਕੁਝ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਧਿਆਨ ਰੱਖਣੀ ਹੈ ਕਿ ਇਹ ਜਿਹੜਾ ਪ੍ਰੋਸੈਸ ਹੈ, ਦੇਖਿਆ ਕਿਵੇਂ ਗਿਆ ਕਿ ਕਿਹੜੀ ਸਟੇਟ ਨੇ ਟੌਪ ਕੀਤਾ, ਇਹ ਪ੍ਰੋਸੈਸ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਦੁਆਰਾ ਕੰਡਕਟ ਕਰਾਇਆ ਗਿਆ, ਜਿਹਦੇ ਵਿੱਚ ODF ਸਰਟੀਫਿਕੇਸ਼ਨ ਦਿੱਤਾ ਜਾਂਦਾ ਹੈ। 3G party ਹੁੰਦੀ ਹੈ ਜਿਹੜੀ ਕਿ ਅਸੈਸਮੈਂਟ ਕਰਦੀ ਹੈ ਹਰ ਇੱਕ ਸਟੇਟ ਦਾ ਕਿ ਉਹਦੇ ਵਿੱਚ ਓਪਨ ਡਿਫੀਕੇਸ਼ਨ ਦਾ ਸਟੇਟਸ ਕਿੰਨਾ ਹੈ। ਠੀਕ ਹੈ, ਉਸ ਕੈਟਾਗਰੀ 'ਚ ਪੰਜਾਬ ਨੇ ਟੌਪ ਕੀਤਾ। ਇਸ ਸਾਲ ਲਗਭਗ 4374 ਅਰਬਨ ਲੋਕਲ ਬੋਡੀ ਜਿਹੜੀਆਂ ਨੇ ਉਹ ਅਸੈਸ ਕੀਤੀਆਂ ਗਈਆਂ, ਜਿਹਦੇ ਵਿੱਚ ਪਾਇਆ ਗਿਆ ਕਿ ਪੰਜਾਬ ਦੀ 99.38% ਅਰਬਨ ਲੋਕਲ ਬੋਡੀਜ਼ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਮੇਨਟੇਨ ਕਰ ਚੁੱਕੀਆਂ ਨੇ ਕਿ ਬਾਹਰ ਦੇ ਵਿੱਚ ਜਾ ਕੇ ਕੋਈ ਵੀ ਜਣਾ ਸ਼ੌਚ ਨਹੀਂ ਕਰੇਗਾ, ਤੇ ਉੱਥੇ ਪਬਲਿਕ ਟੋਇਲੈਟ ਪ੍ਰੋਪਰ ਤਰੀਕੇ ਨਾਲ ਸੁਵਿਧਾਜਨਕ ਤਰੀਕੇ ਨਾਲ ਮੁਹੱਈਆ ਕਰਾਈਆਂ ਜਾ ਰਹੀਆਂ ਨੇ, ਤੇ ਲੋਕ ਜਿਹੜੀਆਂ ਨੇ ਉਹ ਯੂਜ਼ ਕਰ ਰਹੇ ਨੇ ਪਬਲਿਕ ਟੋਇਲੈਟਸ ਨੂੰ। ਨੈਕਸਟ ਕੁਐਸਚਨ ਵੀ ਇੰਪੋਰਟੈਂਟ ਹੈ। ਪੰਜਾਬ ਦੇ ਵਿੱਚ ਪਾਵਰ ਅਵੇਲੇਬਿਲਿਟੀ ਇਸ ਵਾਰ ਥੋੜੀ ਜਿਹੀ ਲੋ ਚੱਲ ਰਹੀ ਹੈ, ਕਿਸਾਨ ਵੀ ਪਰੇਸ਼ਾਨ ਨੇ ਥੋੜੇ ਤੇ, ਆਮ ਲੋਕ ਵੀ ਪਰੇਸ਼ਾਨ ਨੇ ਪਾਵਰ ਕੱਟ ਦੇ ਕਰਕੇ। ਠੀਕ ਹੈ, ਇਹ ਸਾਰਾ ਕੁਝ ਇਸ ਤੇ ਹੋ ਰਿਹਾ ਹੈ ਕਿਉਂਕਿ ਵਾਟਰ ਲੈਵਲ ਜਿਹੜਾ ਡੈਮਸ ਦੇ ਵਿੱਚ ਹੈ ਉਹ ਘੱਟ ਚੁੱਕਿਆ ਹੈ, ਜਿਹਦੇ ਕਰਕੇ ਹਾਈਡਰੋ ਪਾਵਰ ਪੋਟੈਂਸ਼ੀਅਲ ਘੱਟ ਚੁੱਕਿਆ ਹੈ। ਹੁਣ ਇਹ ਹਾਈਡਰੋ ਪਾਵਰ ਡੈਫੀਸਿਟ ਜਿਹੜਾ ਹੈ ਇਹ ਕਿੰਨੇ ਮੈਗਾਵਾਟ ਦਾ ਹੈ, ਤੁਸੀਂ ਇਹ ਦੱਸਣਾ ਹੈ। ਠੀਕ ਹੈ, ਧਿਆਨ ਰੱਖੋਗੇ ਵਾਟਰ ਲੈਵਲ ਡੈਮ ਦੇ ਵਿੱਚ ਘਟਣ ਕਰਕੇ ਇਸ ਸਾਲ ਪੰਜਾਬ ਲਗਭਗ 600 ਮੈਗਾਵਾਟ ਦੇ ਹਾਈਡਰੋ ਪਾਵਰ ਡੈਫੀਸਿਟ ਦੇ ਵਿੱਚ ਚੱਲ ਰਿਹਾ ਹੈ। ਰੀਜ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਉਹੀ ਚੀਜ਼ ਦੱਸੀ ਗਈ ਹੈ ਕਿ ਹਰ ਵਾਰ ਦੀ ਤਰ੍ਹਾਂ ਪੰਜਾਬ ਇਸ ਵਾਰ ਵੀ ਹਾਈ ਪਾਵਰ ਡਿਮਾਂਡ ਦੀ ਕੈਟਾਗਰੀ ਨਾਲ ਲੜ ਰਿਹਾ ਹੈ ਕਿਉਂਕਿ ਪੈਡੀ ਸੀਜ਼ਨ ਆ ਚੁੱਕਿਆ ਹੈ, ਮੌਨਸੂਨ ਡਿਲੇ ਹੋ ਚੁੱਕੇ ਨੇ। ਠੀਕ ਹੈ, ਇਹ ਸਾਰਾ ਕੁਝ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਹੈ, ਜਿਹਨਾਂ ਦਾ ਨਾਮ ਤੁਸੀਂ ਧਿਆਨ ਰੱਖੋਗੇ AVENU PRASAD। ਅਸੀਂ ਇਹਨਾਂ ਬਾਰੇ ਪਹਿਲਾਂ ਵੀ ਕੁਝ ਦੇਖਿਆ ਹੋਇਆ, ਨਿਊਜ਼ ਕੀਤੀ ਹੋਈ ਹੈ।
नेक्स्ट क्वेश्चन है, वेदांता तलवंडी साबो पावर लिमिटेड जेड़ा है उन्होंने ये किया है कि जिन्ने भी उन्होंने यूनिट ने, ठीक है, मनसा डिस्ट्रिक्ट दे विच, वो सारे जल्द तो जल्द की हो जाएंगे, ऑपरेशनल हो जाएंगे, जल्दी उत्थे काम शुरू हो जाएगा। हुणे जो ऑपरेशनल हो जाएंगे जेड़ा भी पावर डेफिसिट का क्राइसिस है वो थोड़ा जा घट जाएगा, ठीक है। जिन्ने भी यूनिट ने उन्होंने कैपेसिटी है 1980 मेगावाट, ठीक है, तो यह कोल तो चलन वाले ने, मतलब कोले तो चलन वाले प्लांट्स ने, किन्ने यूनिट टोटल ने तुसी ये दसना है वेदांता दे। तो ध्यान रखोगे कि मनसा डिस्ट्रिक्ट दे विच तीन वेदांता दे तलवंडी वेदांता तलवंडी साबो पावर लिमिटेड दे यूनिट ने, थर्मल पावर प्लांट ने, जिथे कि जल्दी ही फंक्शन जेड़ा है शुरू किया जाएगा। ध्यान रखोगे एक होर चीज, मनसा डिस्ट्रिक्ट दी केड़ी जगह ते ने इह बनवाला, ते ये अपनी सारी पावर सप्लाई जेड़ी है 100% पावर सप्लाई अपनी पंजाब स्टेट पावर कारपोरेशन लिमिटेड नूं ही दिंदे ने, सप्लाई करदे ने। नेक्स्ट है कॉफी टेबल बुक, जेदे विच की स्पिरिचुअल जर्नी गुरु तेग बहादुर जी दी दसी गई है, उन्होंने जन्म तो लैके उन्होंने शहादत तक, ये आर्मी नूं हुणे हुणे बुक जेड़ी है पेश की गई, किन्हां ने यह बुक आर्मी नूं दित्ती है तुसीं ये दसोगे। ध्यान रखोगे यह कॉफी टेबल बुक जेड़ी है हरप्रीत संधु जी ने इंडियन आर्मी नूं प्रेजेंट कीती। अगला है पानी बचाओ पैसे कमाओ स्कीम केड़ी स्टेट गवर्नमेंट दी है, इंपॉर्टेंट स्कीम है ये, तुहाडी पंजाब गवर्नमेंट दी ही स्कीम है, थोड़ा जिहा ध्यान रखना है कि इस स्कीम दे अंडर हैगा की है, जिन्नियां भी वाटर दे ना वाटर सेव करन वास्ते टेक्नोलॉजी ने, ठीक है, जे तुसी उन्होंने अडॉप्ट करते हो तो उहदे वास्ते तुहानूं इनसेंटिव दिते जाणगे, ठीक है। वह सारे इनसेंटिव किस फॉरमेट च दिते जाणगे कि तुसी किन्ने यूनिट इलैक्ट्रिसिटी दे जिहड़े ने उह सेव किते ने, मतलब तुसी ट्यूबवैल जिहड़ा है घट चलाया है, इन्नी ज़्यादा मतलब मोटर जिहड़ी चलती नहीं रहन दित्ती ताकि बिजली सेव हो सके, ठीक है। यह सारिया चीज़ां नूं नोटिस करके जिन्नी तुसी बिजली दे यूनिट बचाए ने उहदी उहदे हिसाब नाल तुहानूं की दित्ता जाऊगा, पैसा दित्ता जाऊगा, इह पंजाब गवर्नमेंट दी स्कीम है। नेक्स्ट है पंजाब दे विच कैनाल ते ट्यूबवैल इरीगेशन, जे आपां देखिए दोनों नूं जोड़ के तां इह किन्ने परसेंट एरिया रिस्पैक्टिवली कवर करदे ने पंजाब दा, असीं सारे जानदे हां पंजाब च कैनाल ते ट्यूबवैल इरीगेशन ही मोस्ट प्रोमीनेंट फॉर्म ऑफ इरीगेशन है, ठीक है। तो हुण तुहानूं सारिआं नूं पता है कैनाल ते ट्यूबवैल च जे आपां कंपेयर करिए, तुहानूं सपोज करो फिगर्स नहीं पता, सानूं सारिआं नूं पता है ट्यूबवैल दा जिहड़ा यूजेज है पंजाब दे विच उह ज़्यादा है एज़ कंपेयर टू कैनाल। हुण जे इहदा ज़्यादा है तो सेकेंड जिहड़ा नंबर है 7380 है ना, जे आपां कंपैरिजन च रखिए आयत 27 तो ज्यादा है, 20 तो 80 ज्यादा है, पर इत्थे 57 तो 43 घट गया, ये ऑप्शन गलत हो जाएगा। कैनाल 60% दिखा रहा है, ट्यूबवैल 40 गलत हो जाएगा क्योंकि ट्यूबवैल का परसेंटेज जिहड़ा है कैनाल तो ज्यादा है। तुसी ऑप्शन नूं स्ट्रक आउट करके एलीमिनेट करके भी आंसर ते पहुंच सकते हो, 50-50 ते एटलीस्ट तुसी पहुंच सकते हो जो तुहानूं क्वेश्चन नहीं भी आता, ठीक है। तो ध्यान रखना इहदा आंसर की है कि पंजाब दे विच कैनाल इरीगेशन 27% एरिया कवर करता है, तो तुहाडा ट्यूबवैल इरीगेशन 73% करता है, मैक्सिमम एरिया ट्यूबवैल इरीगेशन दे अंडर ही आता है पंजाब दे विच। नेक्स्ट है महान कोश की है, ये न्यूज़ दे विच सीगा, ध्यान रखना है ये पंजाबी लैंग्वेज का इनसाइक्लोपीडिया है। न्यूज़ दे विच किस वास्ते आया, क्योंकि जिन्हें भी लेटेस्ट ते करेक्टेड वर्जन ने महान कोश दे, जिहड़ा कि सिख लिटरेचर का इनसाइक्लोपीडिया है, ਉਹਦੇ ਵਾਸਤੇ ਪੰਜਾਬੀ ਯੂਨੀਵਰਸਿਟੀ ਸਕਾਲਰਸ ਲੱਭ ਰਹੀ ਹੈ ਜਿਹੜੇ ਕਿ ਪ੍ਰੋਪਰ ਤਰੀਕੇ ਨਾਲ ਇਹਨੂੰ ਟ੍ਰਾਂਸਲੇਟ ਕਰ ਸਕਣ। ਨੈਕਸਟ ਕੁਐਸਚਨ ਮਹਾਨ ਕੋਸ਼ ਤੇ ਹੀ ਹੈ, ਪਹਿਲਾ ਐਡੀਸ਼ਨ ਜਿਹੜਾ ਮਹਾਨ ਕੋਸ਼ ਦਾ ਹੈ ਉਹਨੂੰ 14 ਸਾਲ ਲੱਗੇ ਸੀਗੇ ਕੰਪਾਈਲ ਕਰਨ ਦੇ ਵਿੱਚ, ਤੇ ਇਹ ਦੱਸਣਾ ਹੈ ਤੁਸੀਂ ਇਹਨੂੰ ਕਿਹੜੇ ਸਾਲ ਪਬਲਿਸ਼ ਕੀਤਾ ਗਿਆ ਸਭ ਤੋਂ ਪਹਿਲੀ ਵਾਰ, ਤੇ ਸਭ ਤੋਂ ਪਹਿਲੀ ਵਾਰ ਤੁਹਾਡਾ 1927 ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ, ਵੈਰੀ ਵੈਰੀ ਇੰਪੋਰਟੈਂਟ, ਮਾਰਕ ਕਰ ਲਓ, ਬਹੁਤ ਹੀ ਜ਼ਰੂਰੀ ਕੁਐਸਚਨ ਹੈ ਪੰਜਾਬੀ ਹਿਸਟਰੀ ਦੇ ਨਾਲ ਰਿਲੇਟਿਡ। 1927 ਚ ਪਹਿਲੀ ਵਾਰ ਮਹਾਨ ਕੋਸ਼ ਨੂੰ ਪਬਲਿਸ਼ ਕੀਤਾ ਗਿਆ ਸੀ, ਇਹਨੂੰ ਸਿੱਖ ਲਿਟਰੇਚਰ ਦਾ ਸਭ ਤੋਂ ਗ੍ਰੇਟੈਸਟ ਵਰਕ ਮੰਨਿਆ ਜਾਂਦਾ ਹੈ। ਫਸਟ ਟਾਈਮ ਇਹਨੂੰ ਸਿੱਖ ਸਕਾਲਰ ਤੇ ਰਾਈਟਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀ ਕੀਤਾ ਸੀਗਾ, ਕੰਪਾਈਲ ਕੀਤਾ ਸੀ, ਤੁਸੀਂ ਇਹਨਾਂ ਦੇ ਕੰਪਾਈਲਰ ਦਾ ਨਾਮ ਵੀ ਧਿਆਨ ਰੱਖੋਗੇ। ਅਗਲਾ ਕੁਐਸਚਨ ਹੈ ਕਿ ਇੰਡੀਆ 117 ਮੈਂਬਰ ਟੁਕੜੀ ਜਿਹੜੀ ਹੈ ਉਹ ਇਸ ਸਾਲ ਓਲੰਪਿਕ ਦੇ ਵਿੱਚ ਭੇਜ ਰਿਹਾ, ਓਲੰਪਿਕ ਟੋਕੀਓ ਦੇ ਵਿੱਚ ਸ਼ੁਰੂ ਵੀ ਹੋ ਚੁੱਕੇ ਨੇ ਅਸੀਂ ਜਾਣਦੇ ਹਾਂ, ਠੀਕ ਹੈ। ਤੇ ਇਹਦੇ ਵਿੱਚ ਤੁਸੀਂ ਦੱਸਣਾ ਹੈ ਪੰਜਾਬ ਦੇ ਕਿੰਨੇ ਪਰਸੈਂਟ ਪਲੇਅਰਸ ਜਿਹੜੇ ਨੇ ਉਹ ਇਸ ਸਾਲ ਓਲੰਪਿਕਸ ਦੇ ਵਿੱਚ ਜਾ ਰਹੇ ਨੇ। ਪਰਸੈਂਟੇਜ ਦੀ ਫਾਰਮ ਚ ਇੱਕਦਮ ਧਿਆਨ ਰੱਖੋਗੇ ਕਿ 14% ਜਿਹੜੇ ਪਲੇਅਰਸ ਨੇ ਟੋਕੀਓ ਓਲੰਪਿਕਸ ਇਸ ਵਾਰ ਉਹ ਸਾਰੇ ਪੰਜਾਬ ਤੋਂ ਨੇ, 14%, ਠੀਕ ਹੈ।
ਜੇ ਆਪਾਂ ਗੱਲ ਕਰੀਏ ਤਾਂ ਪੂਰੇ ਇੰਡੀਆ ਦੇ ਵਿੱਚੋਂ ਪੰਜਾਬ ਸੈਕਿੰਡ ਨੰਬਰ ਤੇ ਹਾਈਐਸਟ ਪਲੇਅਰ ਭੇਜ ਰਿਹਾ ਹੈ। ਸਭ ਤੋਂ ਪਹਿਲੇ ਨੰਬਰ ਤੇ ਹਾਈਐਸਟ ਨੰਬਰ ਆਫ ਪਲੇਅਰ ਜਿਹੜੇ ਨੇ ਉਹ ਹਰਿਆਣਾ ਚੋਂ ਗਏ ਨੇ ਤੇ ਪੰਜਾਬ ਤੋਂ ਦੂਜੇ ਨੰਬਰ ਤੇ ਜਾ ਰਹੇ ਨੇ। ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਇਹਦੀ ਸਟੇਟਮੈਂਟ ਵੀ ਇੰਪੋਰਟੈਂਟ ਹੈ। ਦੇਖੋ, ਜੇ ਤੁਹਾਨੂੰ ਇੱਦਾਂ ਪੁੱਛਿਆ ਜਾਵੇ ਕਿ ਪੰਜਾਬ ਨੂੰ ਓਲੰਪਿਕ ਦੇ ਵਿੱਚ ਕੈਪਟੈਂਸੀ ਕਿੰਨੇ ਸਾਲ ਬਾਅਦ ਮਿਲੀ ਹੈ, ਤਾਂ 21 ਸਾਲ ਬਾਅਦ ਪੰਜਾਬ ਨੂੰ ਓਲੰਪਿਕ 'ਚ ਕੈਪਟੈਂਸੀ ਮਿਲੀ ਹੈ, ਕਪਤਾਨੀ ਮਿਲੀ ਹੈ। ਹੁਣ ਇਹ ਦੱਸੋਗੇ ਜਿਹੜੀ ਕਪਤਾਨੀ ਮਿਲੀ ਹੈ ਇਹਦੇ ਵਿੱਚ ਇੰਡੀਅਨ ਹਾਕੀ ਟੀਮ ਦੇ ਜਿਹੜੇ ਕੈਪਟਨ ਨੇ, ਠੀਕ ਹੈ, ਉਹ ਕੀ ਕਰਨਗੇ, ਮੇਜ਼ਬਾਨੀ ਕਰਨਗੇ, ਅਗਵਾਈ ਕਰਨਗੇ ਓਲੰਪਿਕਸ ਦੇ ਵਿੱਚ ਇੰਡੀਆ ਦੀ। ਉਹਨਾਂ ਦਾ ਨਾਮ ਤੁਸੀਂ ਦੱਸਣਾ ਹੈ, ਠੀਕ ਹੈ। ਇਹ ਇੰਡੀਅਨ ਹਾਕੀ ਟੀਮ ਦੇ ਕੀ ਨੇ, ਕਪਤਾਨ ਨੇ, ਤੇ ਇਹ ਓਲੰਪਿਕਸ ਦੇ ਵਿੱਚ ਕੀ ਕਰਨਗੇ, ਕਪਤਾਨੀ ਕਰਨਗੇ, ਕਿਉਂਕਿ ਪੰਜਾਬ ਨੂੰ ਇਹ ਕਪਤਾਨੀ 21 ਸਾਲ ਬਾਅਦ ਮਿਲੀ ਹੈ ਤੇ ਪੰਜਾਬ ਦੇ ਹੀ ਇਹ ਪਰਸਨ ਨੇ ਜਿਹੜੇ ਕਪਤਾਨੀ ਇਸ ਵਾਰ ਟੋਕੀ ਓਲੰਪਿਕਸ ਕਰਨਗੇ। ਜੇ ਤੁਸੀਂ ਓਲੰਪਿਕ ਦੇਖ ਰਹੇ ਹੋ ਤਾਂ ਤੁਸੀਂ ਇਹਨਾਂ ਨੂੰ ਦੇਖ ਹੀ ਚੁੱਕੇ ਹੋਵੋਗੇ, ਮਨਪ੍ਰੀਤ ਸਿੰਘ ਜੀ ਇਹਨਾਂ ਦਾ ਨਾਮ ਹੈ, ਹਾਕੀ ਟੀਮ ਦੇ ਕੈਪਟਨ ਨੇ ਜਿਹਨਾਂ ਨੇ ਟੋਕੀ ਓਲੰਪਿਕ ਦੇ ਵਿੱਚ ਇੰਡੀਆ ਦੀ ਕੀ ਕੀਤੀ ਹੈ, ਅਗਵਾਈ ਕੀਤੀ ਹੈ, ਠੀਕ ਹੈ। ਤੇ ਇਹ ਫਲੈਗ ਬੀਅਰਰ ਵੀ ਰਹੇ ਨੇ, ਮਤਲਬ ਇੰਡੀਅਨ ਟੁਕੜੀ ਦੇ ਫਲੈਗ ਬੀਅਰਰ ਵੀ ਇਹੀ ਹੋਣਗੇ। ਨੈਕਸਟ ਕੁਐਸਚਨ ਹੈ, ਪਿੰਕ ਬੋਲਵਰਮ ਦਾ ਅਟੈਕ ਹੋਇਆ ਇੱਕ ਕ੍ਰੋਪ ਦੇ ਉੱਤੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ। ਹੁਣ ਸਾਡੇ ਵਾਸਤੇ ਇੰਪੋਰਟੈਂਟ ਇਹ ਹੈ ਕਿ ਪਿੰਕ ਬੋਲਵਰਮ ਜਿਹੜਾ ਹੈ ਉਹ ਕਿਹੜੀ ਕ੍ਰੋਪ ਨੂੰ ਇਸ ਵਾਰ ਇਫੈਕਟ ਕੀਤਾ ਉਹਨੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ। ਜੇ ਤੁਹਾਨੂੰ ਪੁੱਛਿਆ ਜਾਵੇ ਪਿੰਕ ਬੋਲਵਰਮ ਕੀ ਹੈ, ਤਾਂ ਇੱਕ ਤਰੀਕੇ ਦਾ ਇਹ ਅਟੈਕ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਫਸਲਾਂ ਤੇ ਅਟੈਕ ਕਰਨ ਵਾਸਤੇ ਇਨਸੈਕਟ ਹੈ, ਠੀਕ ਹੈ, ਤੇ ਤੁਹਾਡਾ ਕੋਟਨ ਤੇ ਅਟੈਕ ਕਰਦਾ ਹੈ, ਕੋਟਨ ਤੇ ਇਹਨੇ ਅਟੈਕ ਕੀਤਾ ਹੈ ਬਠਿੰਡਾ ਡਿਸਟ੍ਰਿਕਟ ਚ। ਨੈਕਸਟ ਕੁਐਸਚਨ ਵੀ ਇੰਪੋਰਟੈਂਟ ਹੈ, ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਿਹੜੀ ਇੱਕ ਟੀਮ ਹੈ ਪਲੱਸ ਸ਼੍ਰੀ ਗੰਗਾਨਗਰ ਦੀ ਜਿਹੜੀ ਪੁਲਿਸ ਹੈ ਉਹ ਇੱਕ ਡਿਸਟ੍ਰਿਕਟ ਦੇ ਵਿੱਚ ਆਪਣੀ ਪੈਟਰੋਲਿੰਗ ਜਿਹੜੀ ਹੈ ਉਹ ਸ਼ੁਰੂ ਕਰਨਗੇ। ਇਹ ਪੈਟਰੋਲਿੰਗ ਜਿਹੜੀ ਹੈ ਉਹ ਕੀਤੀ ਜਾਏਗੀ ਵਾਟਰ ਰਿਸੋਰਸਿਸ ਦੀ ਅਗਵਾਈ ਵਾਸਤੇ, ਤੇ ਇਹ ਪੈਟਰੋਲਿੰਗ ਤੁਹਾਡੀ ਅਬੋਹਰ ਡਿਸਟ੍ਰਿਕਟ ਦੇ ਵਿੱਚ ਸ਼ੁਰੂ ਜਿਹੜੀ ਹੈ ਉਹ ਕੀਤੀ ਜਾਏਗੀ ਜਲਦੀ, ਠੀਕ ਹੈ। ਕਿਉਂਕਿ ਅਸੀਂ ਇੱਕ ਵਾਰ ਆਪਣੇ ਕਰੰਟ ਅਫੇਅਰ 'ਚ ਗੰਗ ਕੈਨਾਲ ਬਾਰੇ ਪੜ੍ਹਿਆ ਸੀਗਾ, ਕੰਟਰੋਵਰਸੀ ਦੇ ਵੀ ਸੀਗੀ ਉਹ ਕੈਨਾਲ, ਠੀਕ ਹੈ। ਹੁਣ ਇਹੀ ਚੀਜ਼ਾਂ ਨੂੰ ਕੰਸਿਡਰ ਕਰਦੇ ਹੋਏ ਉੱਥੇ ਪੈਟਰੋਲਿੰਗ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ। ਇਸ ਦੇ ਨਾਲ ਸਾਡਾ ਇਹ ਵੀਡੀਓ ਜਿਹੜਾ ਖਤਮ ਹੁੰਦਾ ਹੈ। ਜੇ ਤੁਹਾਡੀ ਕੁਐਰੀ ਹੋਵੇ ਤਾਂ ਤੁਸੀਂ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ। ਪੜ੍ਹਦੇ ਰਹੋ, ਆਲ ਦਾ ਬੈਸਟ, ਥੈਂਕ ਯੂ ਵੈਰੀ ਮੱਚ।